ਜੇ ਤੁਰ ਪਏ ਆਪਾਂ ਦੇਖਦੇ ਆਮ ਤੌਰ 'ਤੇ ਲੋਕ ਬਿਮਾਰੀ ਨਾਲ ਜਾਂਦੇ ਨੇ, ਇਹ ਰਾਤ ਇੱਕ ਪਹਿਲਾਂ ਮਹਿਫਲ ਵੀ ਸੀਗੀ, ਅਚਨ ਤੇ ਤੁਰ ਜਾਂਦੇ ਜੀ। ਕਿੱਡੀ ਸੋਹਣੀ ਉਦੋਂ ਨਜ਼ਮ ਸੁਣਾ ਕੇ, ਸਦੀਕ ਸਾਹਿਬ ਬੈਠੇ ਨੇ ਨਾਲ, ਸੰਦੀਲਾ ਸਾਹਿਬ ਬੈਠੇ ਨੇ, ਅਤੇ ਉਹ ਕਿੱਡੀ ਵਧੀਆ ਗੱਲ ਸੁਣਾ ਕੇ ਆਏ ਨੇ ਕਿ ਕਹਿੰਦਾ ਇਸ ਸ਼ਹਿਰ ਦੇ ਵਿੱਚ ਬੰਦਾ ਸੀ ਇੱਕ ਸੱਚਾ, ਕਿੱਧਰ ਗਿਆ ਪੱਥਰਾਂ ਦੇ ਇਸ ਸ਼ਹਿਰ ਦੇ ਵਿੱਚੋਂ, ਸ਼ੀਸ਼ਾ ਕਿੱਧਰ ਗਿਆ। ਉਹ ਆਪਣੀ ਰੁਖਸਤੀ ਬਾਰੇ ਸ਼ਾਇਦ ਦੱਸ ਰਹੇ ਸੀਗੇ, ਭਈ ਸਵੇਰੇ ਸੋਚਣਗੇ ਵੀ ਇਸ ਸ਼ਹਿਰ 'ਚ ਇੱਕ ਸ਼ਖਸ ਸੀ ਸੱਚਾ, ਕਿੱਧਰ ਗਿਆ, ਲੋਕ ਲੱਭਣਗੇ ਸਵੇਰੇ। ਅਤੇ ਇਹ ਕੋਈ ਮੌਤ ਥੋੜ੍ਹਾ ਹੈ, ਇਹ ਤਾਂ ਉਹਨਾਂ ਨੇ ਬਕਾਇਦਾ ਰਵਾਨਗੀ ਪਾਈ ਹੈ, ਚਾਦਰ ਲੈ ਕੇ ਗੁੱਡ ਨਾਈਟ ਕਹਿ ਕੇ ਕੌਣ ਸੌਂਦਾ ਸਦੀਵੀ ਨੌਂ ਨੀਂਦ, ਸੋ ਸਦੀਵੀ ਨੀਂਦ ਸੁੱਤੇ ਨੇ, ਬਕਾਇਦਾ ਇਜਾਜ਼ਤ ਲੈ ਕੇ ਦੁਨੀਆ ਕੋਲੋਂ ਗਏ ਨੇ, ਆਪਣੀ ਆਖਰੀ ਗੱਲ ਵੀ ਅਦਬ ਨਾਲ ਸ਼ਾਇਰੀ ਨਾਲ ਕਹਿ ਕੇ ਗਏ ਨੇ, ਅਤੇ ਇਸ ਤੋਂ ਵੱਡਾ ਕੁਛ ਨਹੀਂ ਹੋ ਸਕਦਾ। ਯੁੱਗ ਵਿਲੀਨ ਹੋ ਗਿਆ ਪੰਜ ਤੱਤਾਂ ਦੇ ਵਿੱਚ, ਯੁੱਗ ਰਾਖ ਹੋ ਜਾਣਾ, ਸਵੇਰ ਨੂੰ ਰਾਖ ਠੰਡੀ ਹੋ ਜਾਣੀ। ਦਿਲ ਤਾਂ ਚਲੋ ਫਿਰ ਇੱਧਰ ਉੱਧਰ ਉਲਝ ਜਾਂਦਾ ਕਿਤੇ ਨਾ ਕਿਤੇ, ਰੂਹਾਂ ਦੀ ਉਦਾਸੀ ਜਿਹੜੀ ਹੈ ਇਹ ਚਿਰਾਂ ਵੱਧ ਜਾਂਦੀ ਹੈ। ਤੁਹਾਡੀ ਕੋਈ ਯਾਦ ਪਾਤਰ ਸਾਹਿਬ ਬਣੀਆਂ ਨੇ ਜੀ ਇਸ ਪੱਧਰ ਦੇ, ਇਸ ਤੋਂ ਵੀ ਉੱਚ ਪੱਧਰ ਦੇ ਸ਼ਾਇਰ ਪੈਦਾ ਹੋਏ ਹੋਣਗੇ, ਪਰ ਉਸ ਤੋਂ ਬਾਅਦ ਨਹੀਂ ਪੈਦਾ ਹੋ ਰਹੇ, ਇਸ ਗੱਲ ਦਾ ਬਹੁਤ ਦੁੱਖ ਹੈ। ਸੋ ਪਾਤਰ ਸਾਹਿਬ ਦੇ ਨਾਲ ਉਹ ਮਿਆਰ ਸੇ ਵਿੱਚ ਪਿਆ ਜੀ। ਚਿੰਤਾ ਹੀ ਹੈ ਨਹੀਂ ਕਿਸੇ ਨੂੰ ਪੰਜਾਬ ਦੀ, ਤਾਂ ਚਿੰਤਕ ਤਾਂ ਬਹੁਤ ਵੱਡੀ ਗੱਲ ਹੋ ਗਈ ਜੀ। ਸੋ ਉਹ ਸੋਹਜ ਖਤਮ ਹੋ ਗਿਆ, ਸਵਾਦ ਖਤਮ ਹੋ ਗਿਆ, ਅਦਬੋ ਅਦਾਬ ਖਤਮ ਹੋ ਗਿਆ, ਸੋ ਇਸ ਗੱਲ ਦਾ ਮਲਾਲ ਸਾਰੀ ਜ਼ਿੰਦਗੀ ਰਹੇਗਾ। ਅੱਜ ਲੁਧਿਆਣਾ ਹਰ ਅੱਖ ਨਾਮ ਹੈ ਸਾਡੇ ਨਾਲ ਗੁਰਪ੍ਰੀਤ ਜੀ ਨੇ, ਘੁੱਗੀ ਸਾਹਿਬ, ਤੁਹਾਨੂੰ ਲੱਗਦਾ ਇੱਕ ਯੁੱਗ ਦਾ ਅੰਤ ਹੋਇਆ? ਨਹੀਂ, ਮੈਨੂੰ ਨਹੀਂ ਲੱਗਦਾ ਜੀ, ਸਭ ਨੂੰ ਲੱਗ ਰਿਹਾ। ਉਹ ਦੇਖੋ ਨਾ ਜੀ, ਯੁੱਗ ਦਾ ਸੇਵਾ ਬਲ ਰਿਹਾ ਜੀ, ਯੁੱਗ ਵਿਲੀਨ ਹੋ ਗਿਆ ਪੰਜ ਤੱਤਾਂ ਦੇ ਵਿੱਚ, ਯੁੱਗ ਰਾਖ ਹੋ ਜਾਣਾ, ਸਵੇਰ ਨੂੰ ਰਾਖ ਠੰਡੀ ਹੋ ਜਾਣੀ ਹੈ। ਅਤੇ ਉਹ ਪਾਤਰ ਸਾਹਿਬ ਬਹੁਤ ਕੁਛ ਨਾਲ ਲੈ ਗਏ ਆਪਣੇ, ਕਿਉਂਕਿ ਉਹ ਲੀਗ ਜਿਹੜੀ ਸੀ ਇਹਨਾਂ ਦੇ ਨਾਲ ਖਤਮ ਹੋ ਗਈ। ਪਾਤਰ ਸਾਹਿਬ ਦੇ ਦਰਜੇ ਦਾ ਸ਼ਾਇਰ ਪੈਦਾ ਹੋਣਾ ਕਿਸੇ ਵੀ ਸੱਭਿਆਚਾਰ ਦੇ ਵਿੱਚ ਬੜਾ ਔਖਾ ਹੁੰਦਾ, ਔਰ ਹੋਏ ਨੇ, ਪਹਿਲਾਂ ਵੀ ਹੋਏ ਨੇ। ਅਸੀਂ ਕਹਿੰਦੇ ਹਾਂ ਕਿ ਇਹ ਨਹੀਂ ਕਿ ਇਹੀ ਸੀਗੇ, ਇਸ ਪੱਧਰ ਦੇ, ਇਸ ਤੋਂ ਵੀ ਉੱਚ ਪੱਧਰ ਦੇ ਸ਼ਾਇਰ ਪੈਦਾ ਹੋਏ ਹੋਣਗੇ, ਪਰ ਉਸ ਤੋਂ ਬਾਅਦ ਨਹੀਂ ਪੈਦਾ ਹੋ ਰਹੇ, ਇਸ ਗੱਲ ਦਾ ਬਹੁਤ ਦੁੱਖ ਹੈ। ਸੋ ਪਾਤਰ ਸਾਹਿਬ ਦੇ ਨਾਲ ਉਹ ਮਿਆਰ ਸੇ ਵਿੱਚ ਪਿਆ ਜੀ। ਪਾਤਰ ਸਾਹਿਬ ਕਹਿੰਦੇ ਸੀ ਵੀ ਦਿਲ ਹੀ ਉਦਾਸ ਹੈ, ਬਾਕੀ ਸਭ ਅੱਜ ਦਿਲ ਉਦਾਸ। ਬਿਲਕੁਲ ਜੀ, ਰੂਹਾਂ ਉਦਾਸ ਨੇ, ਦਿਲ ਤਾਂ ਚਲੋ ਫਿਰ ਇੱਧਰ ਉੱਧਰ ਉਲਝ ਜਾਂਦਾ ਕਿਤੇ ਨਾ ਕਿਤੇ, ਰੂਹਾਂ ਦੀ ਉਦਾਸੀ ਜਿਹੜੀ ਹੈ ਇਹ ਚਿਰਾਂ ਵੱਧ ਜਾਂਦੀ ਹੈ। ਤੁਹਾਡੀ ਕੋਈ ਯਾਦ ਪਾਤਰ ਸਾਹਿਬ ਬਣੀਆਂ ਨੇ ਜੀ? ਇੱਕ ਦਾ ਕਿਹੜਾ ਜ਼ਿਕਰ ਕਰਾਂਗੇ, ਬਹੁਤ ਸੀ, ਬਹੁਤ ਪਿਆਰ ਮੁਹੱਬਤ ਉਹਨਾਂ ਕੋਲੋਂ ਮਿਲਿਆ ਜੀ ਹਮੇਸ਼ਾ। ਲੱਗਦਾ ਕਿ ਪੰਜਾਬ ਦੇ ਵਿੱਚ ਜਿਵੇਂ ਚਿੰਤਕ ਘੱਟ ਨੇ, ਪੰਜਾਬ ਦੀ ਹਰ ਲਾਈਨ ਇੱਕ ਲਾਈਨ ਦੇ ਵਿੱਚ ਵੱਡੀ ਗੱਲ ਕਹਿ ਦਿੰਦੇ ਸੀ, ਜਿਹੜੇ ਪਹਿਰਿਆਂ 'ਚ ਵੀ ਨਹੀਂ ਲਿਖੇ। ਚਿੰਤਕ ਤਾਂ ਦੂਰ ਦੀ ਗੱਲ ਹੈ, ਚਿੰਤਾ ਹੀ ਹੈ ਨਹੀਂ ਕਿਸੇ ਨੂੰ ਪੰਜਾਬ ਦੀ, ਤਾਂ ਚਿੰਤਕ ਤਾਂ ਬਹੁਤ ਵੱਡੀ ਗੱਲ ਹੋ ਗਈ ਜੀ। ਸੋ ਉਹ ਸੋਹਜ ਖਤਮ ਹੋ ਗਿਆ, ਸਵਾਦ ਖਤਮ ਹੋ ਗਿਆ, ਅਦਬੋ ਅਦਾਬ ਖਤਮ ਹੋ ਗਿਆ, ਸੋ ਇਸ ਗੱਲ ਦਾ ਮਲਾਲ ਸਾਰੀ ਜ਼ਿੰਦਗੀ ਰਹੇਗਾ। ਯੂਨੀਵਰਸਿਟੀ ਦੇ ਬੱਚੇ ਰੋ ਰਹੇ ਨੇ, ਜਿਹੜੇ ਉਹਨਾਂ ਨੂੰ ਪੜ੍ਹਦੇ ਆ, ਜਿਹੜੇ ਲਾਇਬ੍ਰੇਰੀਆਂ 'ਚ ਬਹਿੰਦੇ ਨੇ, ਉਹ ਦੁੱਖ ਸਮਝ ਸਕਦੇ। ਯੂਨੀਵਰਸਿਟੀ ਦੇ ਬੱਚੇ ਰੋ ਰਹੇ, ਮੈਂ ਕਹਿੰਦਾ ਅਨਪੜ੍ਹ ਰੋ ਰਹੇ, ਜਿਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਜਿਹਨਾਂ ਸਿਰਫ ਪਾਤਰ ਸੁਣਿਆ ਉਹ ਵੀ ਰੋਈ ਜਾਂਦੇ ਨੇ, ਜਿਨ੍ਹਾਂ ਨੂੰ ਪਾਤਰ ਸਮਝਿਆ, ਜਿਹੜੇ ਪਾਤਰ ਨੂੰ ਜਾਣੇ ਹੈ ਨਾ, ਅਣਜਾਣੇ 'ਚ ਵੀ ਕਦੇ ਦੇਖ ਲਿਆ, ਮਿਲ ਲਿਆ, ਉਹ ਵੀ ਪਾਤਰ ਨੂੰ ਰੋ ਰਹੇ ਨੇ ਜੀ। ਸੋ ਇਹ ਅੱਜ ਇੱਕ ਇਨਸਾਨ ਨਹੀਂ ਗਿਆ, ਆਖਰੀ ਸਮਾਂ, ਕਿਉਂਕਿ ਬਹੁਤ ਵੱਡੀ ਰੂਹ ਅਚਨਚੇਤ ਤੁਰ ਪਏ। ਆਪਾਂ ਦੇਖਦੇ ਆਮ ਤੌਰ 'ਤੇ ਲੋਕ ਬਿਮਾਰੀ ਨਾਲ ਜਾਂਦੇ ਨੇ, ਇਹ ਰਾਤ ਇੱਕ ਪਹਿਲਾਂ ਮਹਿਫਲ ਵੀ ਸੀਗੀ, ਅਚਨਚੇਤ ਤੁਰ ਜਾਣਾ ਜੀ। ਕਿੱਡੀ ਸੋਹਣੀ ਉਦੋਂ ਨਜ਼ਮ ਸੁਣਾ ਕੇ, ਸਦੀਕ ਸਾਹਿਬ ਬੈਠੇ ਨੇ ਨਾਲ, ਸੰਦੀਲਾ ਸਾਹਿਬ ਬੈਠੇ ਨੇ, ਅਤੇ ਉਹ ਕਿੱਡੀ ਵਧੀਆ ਗੱਲ ਸੁਣਾ ਕੇ ਆਏ ਨੇ ਕਿ
ਕਹਿੰਦਾ ਇਸ ਸ਼ਹਿਰ ਦੇ ਵਿੱਚ ਬੰਦਾ ਸੀ ਇੱਕ ਸੱਚਾ ਕਿੱਧਰ ਗਿਆ, ਪੱਥਰਾਂ ਦੇ ਇਸ ਸ਼ਹਿਰ ਦੇ ਵਿੱਚੋਂ ਸ਼ੀਸ਼ਾ ਕਿੱਧਰ ਗਿਆ। ਉਹ ਆਪਣੀ ਰੁਖਸਤੀ ਬਾਰੇ ਸ਼ਾਇਦ ਦੱਸ ਰਹੇ ਸੀਗੇ ਭਈ ਸਵੇਰੇ ਸੋਚਣਗੇ ਵੀ ਇਸ ਸ਼ਹਿਰ 'ਚ ਇੱਕ ਸ਼ਖਸ ਸੀ ਸੱਚਾ ਕਿੱਧਰ ਗਿਆ, ਲੋਕ ਲੱਭਣਗੇ ਸਵੇਰੇ। ਅਤੇ ਇਹ ਕੋਈ ਮੌਤ ਥੋੜ੍ਹਾ, ਇਹ ਤਾਂ ਉਹਨਾਂ ਨੇ ਬਕਾਇਦਾ ਰਵਾਨਗੀ ਪਾਈ ਹੈ, ਚਾਦਰ ਲੈ ਕੇ ਗੁੱਡ ਨਾਈਟ ਕਹਿ ਕੇ ਕੌਣ ਸੌਂਦਾ ਸਦੀਵੀ ਨੌਂਦ ਨੀਂਦ, ਸੋ ਸਦੀਵੀ ਨੀਂਦ ਸੁੱਤੇ ਨੇ, ਬਕਾਇਦਾ ਇਜਾਜ਼ਤ ਲੈ ਕੇ ਦੁਨੀਆ ਕੋਲੋਂ ਗਏ ਨੇ, ਆਪਣੀ ਆਖਰੀ ਗੱਲ ਵੀ ਅਦਬ ਨਾਲ ਸ਼ਾਇਰੀ ਨਾਲ ਕਹਿ ਕੇ ਗਏ ਨੇ, ਅਤੇ ਇਸ ਤੋਂ ਵੱਡਾ ਹੋਰ ਕੁਛ ਨਹੀਂ ਹੋ ਸਕਦਾ। ਸ਼ੁਕਰੀਆ ਸੋ ਘੁੱਗੀ ਜੀ ਇਹਨਾਂ ਅੱਖਰਾਂ ਵਾਸਤੇ। ਗੁਰਪ੍ਰੀਤ ਜੀ ਘੁੱਗੀ ਪਹੁੰਚੇ ਨੇ ਕਿਉਂਕਿ ਹਰ ਇੱਕ ਪੱਤਾ ਹਰ ਇੱਕ ਅੱਖਰ ਹੋ ਰਹੀ, ਉਹਨਾਂ ਨੇ ਬੜੇ ਆਪਣੀ ਕੁਛ ਯਾਦਾਂ ਵੀ ਸਾਂਝੀਆਂ ਕੀਤੀਆਂ, ਅਤੇ ਇਹ ਵੀ ਦੱਸਿਆ ਕਿ ਇਹੋ ਜਿਹੇ ਸ਼ਾਇਰ ਸਦੀ ਦੇ ਵਿੱਚ ਕਿਤੇ ਹੀ ਹੁੰਦੇ ਨੇ। ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ।